ਵਾਹਿਗੁਰੂ ਕਾ ਖਾਲਸਾ ਜੀ ਕੀ ਫਤਿਹ। ਮੇਰੀ ਤਰਫ ਦੇਖੀਏ ਸਟੇਜ ਪਰ ਮੌਜੂਦ ਨੇ ਪੀਰ ਤਰੀਕਤ ਪੈਗੰਬਰ ਸ਼ਰੀਅਤ ਸਾਹਿਬ ਕਰਮ ਬਰਕਤ ਸਾਹਿਬ ਖੁਸ਼ੂ ਵ ਹੁਜ਼ੂਰ ਤਕਵਾ ਉਪਰ ਹਿਦਾਇਤ ਮੈਂ ਕੇ ਮਿਸਾਲ ਪੀਰ ਸੇਖ ਦਰੀਜ਼ ਜ਼ਫਰ ਸ਼ਾਹ ਸਾਹਿਬ ਦਾ ਮਨ ਬਰਕਤ ਮੁਲਾ ਦਿਆ ਅਲਹਾਜ ਸ਼ਹਿਦਾਨੀ ਪਤੀ ਸਾਹਿਬ ਔਰ ਕਿਬਲਾ ਸ਼ਹਿਨਸ਼ਾਹ ਨਿਕਾਬਤ ਜ਼ੈਗਮ ਭਾਈ ਵੀ ਮੌਜੂਦ ਨੇ। ਜੋ ਮੈਂ ਬਾਤਾਂ ਕਰਨਾ ਚਾਹਤਾ ਹੂੰ ਵੋ ਬੜੀ ਅਹਿਮ ਹੈ। ਇੱਕ ਮੌਲਵੀ ਸਾਹਿਬ ਸੋਸ਼ਲ ਮੀਡੀਆ ਪਰ ਤਸ਼ਰੀਫ ਲਾਏ ਔਰ ਖਤੂਨ ਜੰਨਤ ਕੇ ਬਾਰੇ ਮੈਂ ਇੱਕ ਐਸਾ ਜੁਮਲਾ ਕਹਾ ਜੋ ਉਨਕੋ ਨਹੀਂ ਕਹਿਣਾ ਚਾਹੀਏ ਥਾ। ਹਮਨੇ ਉਨਕੀ ਬਾਰਗਾਹ ਮੇਂ ਪੈਗਾਮ ਭੇਜਾ ਕਿ ਗਲਤੀ ਇਨਸਾਨ ਸੇ ਹੋ ਜਾਤੀ ਹੈ। ਯੇ ਆਪਨੇ ਕਿਆ ਕਹਿ ਦਿਆ ਔਰ ਵੋ ਬਜਾਏ ਮਾਜ਼ਰਤ ਕਰਨੇ ਕੇ ਮੈਂ ਰਿਕਾਰਡਿੰਗ ਕਰਵਾ ਰਹਾ ਹੂੰ ਇਸ ਬਾਤ ਪਰ ਡਟ ਗਏ ਔਰ ਨਏ ਸੇ ਨਏ ਦਲਾਇਲ ਦੇਣੇ ਸ਼ੁਰੂ ਕਰ ਦਿੱਤੇ। ਅਸਲ ਮੈਂ ਸ਼ਾਇਦ ਮੌਲਾਨਾ ਸਾਹਿਬ ਆਪਕੋ ਪਤਾ ਨਹੀਂ ਹੈ ਕਿ ਹਜ਼ੂਰ ਕੀ ਆਮਦ ਦੁਨੀਆ ਮੇਂ ਸਰਕਾਰੇ ਵੋ ਤਾਲਿਬ ਕੇ ਘਰ ਮੇਂ ਹੋਈ ਹੈ ਔਰ ਜਬ ਮੌਲਾ ਕਾਇਨਾਤ ਮੁਸ਼ਕਿਲ ਕੁਸ਼ਾ ਸ਼ੇਰੇ ਖੁਦਾ ਹਲ ਅਤਾ ਹੈਬਰ ਸ਼ਿਕਨ ਸ਼ਾਹੇ ਜ਼ਮਨ ਕੀ ਦੁਨੀਆ ਮੇਂ ਤਸ਼ਰੀਫ ਆਖਰੀ ਕਾ ਵਕਤ ਆਇਆ ਫਾਤਿਮਾ ਬਿੰਤੇ ਅਸਦ ਚੱਕਰ ਪਰ ਚੱਕਰ ਕੱਟ ਰਹੀ ਹੈ ਬੈਤੁੱਲਾ ਸ਼ਰੀਫ ਕਾ ਤਵਾਫ ਜਾਰੀ ਹੈ। ਆਵਾਜ਼ ਆਈ ਫਾਤਿਮਾ ਹਮ ਕਿਸੀ ਕੇ ਸ਼ਰਾਬ ਕਾ ਬੋਝ ਨਹੀਂ ਰੱਖਤੇ ਤੂਨੇ ਤੇਰੇ ਮਹਿਬੂਬ ਕੀ ਬਾਰੀ ਹੈ ਤੇਰੇ ਘਰ ਸੇ ਮੇਰਾ ਘਰ ਅੱਛਾ ਹੈ ਅਗਰ ਅਭੀ ਦੁਨੀਆ ਮੇਂ ਆਏਗਾ ਕਿਸੀ ਔਰ ਕੇ ਘਰ ਮੇਂ ਨਹੀਂ ਆਏਗਾ ਅੱਲਾਹ ਕੇ ਘਰ ਮੇਂ ਤਸ਼ਰੀਫ ਲਾਏਗਾ। ਸੈਯਦਤੁਲ ਨਿਸਾ ਹਤੂਨ ਜੰਨਤ ਜ਼ਹਰਾ ਕਾ ਮਤਲਬ ਹੁੰਦਾ ਹੈ ਕਲੀ ਬਤੂਲ ਕਾ ਮਤਲਬ ਹੁੰਦਾ ਹੈ ਦੁਨੀਆ ਸੇ ਕੱਤਾ ਤਾਲੁਕ ਰੱਖਣੇ ਵਾਲੀ ਤਾਹਿਰਾ ਕਾ ਮਤਲਬ ਹੁੰਦਾ ਹੈ। ਜਬ ਸੈਯਦਤੁਲ ਨਿਸਾ ਜੀ ਦੁਨੀਆ ਮੇਂ ਜਲਵਾ ਅਫਰੋਜ਼ ਹੋਣੇ ਕਾ ਵਕਤ ਆ ਗਿਆ। ਬੀਬੀ ਹਕੀਕਤੁਲ ਕੁਬਰਾ ਹਸਨੈਨ ਕੀ ਨਾਨੀ ਜਾਨ ਕਹਿਤੀ ਹੈ ਮੈਨੇ ਦਾਈਓਂ ਕੋ ਆਵਾਜ਼ ਦੀ ਕੋਈ ਦਾਈ ਮੇਰੇ ਕਹਿਣੇ ਪਰ ਨਹੀਂ ਆਈ ਮੱਕੇ ਕੀ ਵੋ ਔਰਤੇ ਜੋ ਮੇਰੀ ਏਕ ਆਵਾਜ਼ ਪਰ ਲੱਬਾਈ ਕੀ ਸਦਾਏ ਬੁਲੰਦ ਕੀਆ ਕਰਤੀ ਥੀ ਏਕ ਔਰਤ ਵੀ ਨਾ ਆਈ। ਅੱਲਾ ਨੇ ਕਹਾ ਅਗਰ ਕੋਈ ਨਹੀਂ ਆਤਾ ਤੋ ਕੋਈ ਪਰੇਸ਼ਾਨੀ ਕੀ ਜ਼ਰੂਰਤ ਨਹੀਂ ਹੈ ਹਮ ਜੰਨਤ ਸੇ ਬੀਬੀ ਸਾਰਾ ਕੁ ਦੇਖੇਂਗੇ ਹਮ ਜੰਨਤ ਸੇ ਬੀਬੀ ਕਸੂਰ ਕੋ ਦੇਖੇਂਗੇ ਹਮ ਜੰਨਤ ਸੇ ਬੜੀ ਬੀਬੀ ਮਰੀਮ ਕੋ ਦੇਖੇਂਗੇ ਹਮ ਜੰਨਤ ਸੇ ਇੱਕ ਹੋਰ ਬੜੇ ਮਕਾਮ ਮਰਤਬੇ ਕੀ ਫਤੂਰ ਕੋ ਦੇਖੇਂਗੇ। ਚਾਰ ਬੀਬੀਆਂ ਆ ਗਈ ਬੀਬੀ ਬੀਬੀ ਸਾਹਿਬਾ ਹਕੀਕਤੁਲ ਕੁਬਰਾ ਕਹਿੰਦੀ ਹੈ ਮੈਂ ਡਰ ਗਈ ਮੈਂ ਘਬਰਾ ਗਈ ਮੈਨੇ ਪੁੱਛਾ ਆਪ ਚਾਰੋ ਕੌਣ ਹੈ ਕਹਾ ਆਪਕੋ ਘਬਰਾਨੇ ਕੀ ਜ਼ਰੂਰਤ ਨਹੀਂ ਹੈ ਹਮ ਆਪਕੀ ਬਹਿਨੇ ਬਣਕਰ ਆਈ ਹੈ ਹਮ ਆਪਕੀ ਖਾਦਮਾਏ ਬਣਕਰ ਆਈ ਹੈ ਦੁਨੀਆ ਮੇਂ ਸੈਯਦਤੁਲ ਨਿਸਾ ਕੀ ਵਿਲਾਦਤ ਕਾ ਜ਼ਮਾਨਾ ਆ ਗਿਆ ਹੈ ਸੁਭਾਨ ਅੱਲਾਹ ਕੀ ਬਾਤ ਔਰ ਮੈਂ ਡੰਕੇ ਕੀ ਚੋਟ ਪਰ ਆਜ ਸੈਯਦਜ਼ਾਦੇ ਕੇ ਦਾਮਨ ਸੇ ਵਿਵਸਥਾ ਹੋ ਕਰ ਇਹ ਬਾਤ ਕਰ ਰਹਾ ਹੂੰ ਯੇ ਜੁੱਬੇ ਕੁੱਬੇ ਯੇ ਦਸਤਾਰੇ ਯੇ ਆਸਤਾਨੇ ਯੇ ਮਦਰਸੇ ਯੇ ਗਾੜੀਆਂ ਯੇ ਬੈਂਕ ਬੈਲੈਂਸ ਯੇ ਪ੍ਰਾਪਰਟੀਜ਼ ਯੇ ਮੁਰੀਦੀਨ ਯੇ ਹਟੋ ਬਚੋ ਕੀ ਆਵਾਜ਼ੇ ਅਗਰ ਯੇ ਤੁਮੇ ਮੁਯਸਰ ਆਈ ਹੈ ਤੋ ਸੈਯਦਾ ਕਾਇਨਾਤ ਕੀ ਜੂਤੀ ਕੇ ਸਦਕੇ ਮੈਂ ਮੁਯਸਰ ਆਈ ਹੈ ਕੀ ਬਾਤ ਔਰ ਅਗਰ ਕੋਈ ਮੌਲਵੀ ਯੇ ਬਾਤ ਕਹਤਾ ਹੈ ਕਿ ਸੈਯਦਾ ਕਾਇਨਾਤ ਸੇ ਹਟਾ ਹੋਈ ਹੈ ਤੋ ਮੈਂ ਰਿਕਾਰਡ ਕਰਵਾ ਰਹਾ ਹੂੰ ਜ਼ਾਲਿਮੋ ਤੁਮਨੇ
तुमने जिधर हसन पैदा हुए उस घर को गिरा दिया, जिधर हुसैन पैदा हुए तुमने उस घर को गिरा दिया, जिधर बीबी हदीजा की कुबरा पैदा हुई तुमने उस घर को गिरा दिया। अगर तुम में हिम्मत है तो उस घर को भी गिराओ जहां अली पैदा हुआ था। क्या बात, क्या बात। तुम में अगर हिम्मत है तो उस घर को भी गिरा कर दिखाओ। इसलिए कहता हूं तुमको सऊदी अरब से मिले हुए नजराने से प्यार है और हमें पैंतन के घराने से प्यार है। मैं इजाजत चाहूंगा, बातें मेरे से मेरे पास शाह साहब बहुत सारी है। सिराजुल हक ने हमारे शाह साहब को बुलाया कि जी हमारी मदद की जाए, हम भी कुछ करना चाहते हैं जी। और मेरे भाई कोई मौलवी बीबी पाक की शान क्या बयान कर सकता है, कोई ना खान बीबी पाक की शान क्या बयान कर सकता है, किसी जमात का अमीर बीबी पाक की शान क्या बयान कर सकता है। अरे जिनके बेटे की शान ये है, नबी का सर सजदे में है, हुसैन कंधों पर है, नबी हुसैन के सामने अपनी गर्दन को ऊंचा नहीं करता। अरे जिसके बेटे के सामने नबी ने सर उठाता। क्या बात, लगता मेरी बात समझ में नहीं आई। अरे जिसके बेटे के सामने नबी सर नहीं उठाता। क्या बात, क्या बात। जालिमों तुमने उसकी माँ के सामने सर उठाने की कोशिश की है। मैं इजाजत चाहूंगा, ये जुमला सुन लीजिए, मैं इजाजत चाहूंगा। और तुमने मौका दिया, जो जो आगे से कहता है तुमने गलती की, कहते थे ये शिया, ये शिया, ये शिया, ये रहा। और तू कल्ला ही मुसलमान सुननी है जी, तुमने ऐसे कशियों को मौका दिया कि उन्होंने हजरत अमीरुल मोमिनीन हजरत अबू बकर सिद्दीक के बारे में बकवासात की, तुमने मौका दिया। और जो बच्चा भी ये बात कहता है, जुमला सुन लेना, फिर मैं ज्यादा चाहूंगा कि सैयदा कायनात से कोई हता होती होगी, सैयदा से हता नहीं होती, जो कि सैयदा की सैयदा से हता होती है उसकी माँ से हता हुई होगी। क्या बात, क्या बात। मैंने ये जुमला क्या बात करवा दिया। क्या बात, क्या बात। अमल चंगा होवे, अदा चंगी होवे, शर्म चंगी होवे, हया चंगी होवे, जरूरत दलीलां सबूतां दा कोई नहीं, अली चंगा लगदा जे मां चंगी होवे। जो ये बीबी साहिबा से हता हुई है, तेरी अम्मा से हता हुई है, रिशादी चंदवाला कादरी मौलाए कायनात को मवाली सलाम करते हैं, बन के फरिश्ते सवाली सलाम करते हैं। तू अली को सलाम करिए ना करिए तेरी मर्जी है, अरे हमें पता है कि अली को हलाली सलाम करते हैं। क्या बात, क्या बात। मेरे पास वक्त नहीं है, मेरी तैयारी तो 5 घंटे की है जी, और कभी मौका मिला, आजकल तो गले भी मारे फ्रेश हैं जी। वेले रहने का मतलब ये नहीं है कि हमने कभी किसी के सामने जाकर कासा गदाई खिलाया कि लाइए हमें कुछ दीजिए। थिएटर के फनकार भी आ गए चौकों में, असेंबली हाल में जी, डांसर भी आ गए, फलां भी आ गए, शादी हाल वाले भी आ गए, वो 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 भी आ गए, हमारे कारोबार बंद हो गए। किसी मेरे गैरतमंद नाथमान को देखा, किसने भी कहा हमारा भी कारोबार बंद हो गया जी। इसलिए मेरे साथ हाथ उठाओ, कैमरे की आंख महसूस करेगी। हम मुकम्मल तौर पर प्रोटेस्ट करते हैं और वो मौलवी साहब को कहते हैं अभी भी वक्त तक होगा करो। बीबी कायनात, सैयदा कायनात, हतूने जन्नत, सैयदा तुन्निसा, मैंने अभी तक नहीं बीबी का नाम लिया जी, मैंने अभी तक नहीं नाम लिया। ये जुबान इस लायक ही नहीं है कि बीबी बीबी साहिबा का नाम ले सके जी। जब मेरे आला हजरत ने कह दिया ना फूल दहन फूल चकन फूल बदन फूल सरसराबा कदम है बने सुल्तान ए जमन फूल, क्या बात रजा उस चमनिस्तान ए कनक की, जहरा है कली जिसमें हुसैन और हसन फूल। रिकॉर्डिंग कीजिए, कैमरे की आंख घुमाइए, सैयदा कायनात से हता नहीं हो सकती। हाथ उठा कर कहिए, सैयदा कायनात से हता नहीं हो सकती। ऊंची बात बोलो, सैयदा कायनात से हता, सैयदा कायनात से हता। आप हमें
معصوم الحنا اور مفوض الحنا، ہمیں اس کی باتوں کا مفہوم نہیں آتا کہ معصوم الحنا کیا ہوتا ہے اور محفوظ الحنا کیا ہوتا ہے. ہمارا اہل سنت کا یہ عقیدہ ہے کہ غیر انبیاء محفوظ ہوتے ہیں، غلطی کر سکتے ہیں، اور لیکن سیدہ کائنات تو غلطی نہیں کر سکتی. تو زندگی رہی میں تمہاری بات پیش کرنا چاہوں گا، بات میں چاہتا ہوں حضرت، میں دو چار منٹ اوپر لے گیا. یہ میرے ایمان و ایمان کا مسئلہ ہے، یہ میرے ایمان و ایمان کا مسئلہ ہے جی. تمہیں ڈالر اچھے لگتے ہیں، تمہیں سعودیہ والوں پیسے اچھے لگتے ہیں، اور ان کے چندے پہ پڑھنے والوں تمہیں ریال اچھے لگتے ہیں. تمہیں ریال سے پیار ہے، سنیوں کو نبی کی آل سے پیار ہے.